ਤਸਵੀਰਾਂ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਬਾਹਰ ਦੀਆਂ ਨੇ, ਜਿੱਥੇ ਦੋ ਦੁਕਾਨਦਾਰ ਗਾਹਕ ਨੂੰ ਲੈ ਕੇ ਆਪਸ ਦੇ ਵਿੱਚ ਲੜੇ ਨੇ, ਜਿਸ ਤੋਂ ਬਾਅਦ ਇੱਕ ਦੁਕਾਨਦਾਰ ਦੇ ਵੱਲੋਂ ਆਪਣੀ ਗੱਡੀ ਦੇ ਵਿੱਚ ਬੈਠ ਕੇ ਇੱਥੇ ਗੁੰਡਾਗਰਦੀ ਕੀਤੀ ਗਈ। ਕਿਸ ਤਰੀਕੇ ਦੇ ਨਾਲ ਦੁਕਾਨ ਦੀ ਭੰਨ ਤੋੜ ਕੀਤੀ ਗਈ, ਕਈਆਂ ਨੂੰ ਗੱਡੀ ਭਜਾ ਕੇ ਕੁਚਲਿਆ ਗਿਆ। ਰੋਹ ਦੇ ਵਿੱਚ ਆਏ ਲੋਕਾਂ ਨੇ ਇਸ ਨੂੰ ਫੜ ਲਿਆ। ਪੁਲਿਸ ਦੀ ਮੌਜੂਦਗੀ ਦੇ ਵਿੱਚ ਇਸ ਦੀ ਛਿੱਤਰ ਪਰੇਡ ਕੀਤੀ ਗਈ। ਕਿਸੇ ਗ੍ਰਾਹਕ ਨੂੰ ਲੈ ਕੇ ਇਹਨਾਂ ਦੀ ਮਾਮੂਲੀ ਤਕਰਾਰ ਹੋਈ ਸੀ। ਉਸ ਤੋਂ ਬਾਅਦ ਇੱਕ ਦੁਕਾਨਦਾਰ ਨੇ ਦੂਜੇ ਦੁਕਾਨਦਾਰ ਦੇ ਨਾਲ ਲੜਾਈ ਸ਼ੁਰੂ ਕੀਤੀ, ਗੱਡੀ ਦੇ ਵਿੱਚ ਬੈਠ ਕੇ ਦੁਕਾਨ ਦੀ ਭੰਨ ਤੋੜ ਕੀਤੀ ਔਰ ਤੈਸ਼ ਦੇ ਵਿੱਚ ਆ ਕੇ ਗੱਡੀ ਦੇ ਚੱਕਰ ਕੱਢੇ ਔਰ ਕਈਆਂ ਨੂੰ ਕੁਚਲ ਦਿੱਤਾ। ਪੁਲਿਸ ਨੇ ਜ਼ਖਮੀਆਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ, ਉਹਨਾਂ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਔਰ ਕਈ ਜ਼ਖਮੀ ਹੋਏ ਨੇ। ਦੁੱਖ ਨਿਵਾਰਨ ਸਾਹਿਬ ਦੇ ਬਾਹਰ ਦੀ ਇਹ ਵੀਡੀਓ ਹੈ। ਉੱਥੇ ਦੋ ਦੁਕਾਨਦਾਰਾਂ ਦੀ ਝੜਪ ਹੋਈ, ਲੜਾਈ ਨੇ ਗੰਭੀਰ ਰੂਪ ਲੈ ਲਿਆ। ਗੁੱਸੇ ਦੇ ਵਿੱਚ ਆਏ ਦੁਕਾਨਦਾਰ ਦੇ ਵੱਲੋਂ ਇੱਕ ਕਾਰਨਾਮਾ ਕੀਤਾ ਗਿਆ, ਗੱਡੀ ਭਜਾ ਕੇ ਕਈਆਂ ਨੂੰ ਟੱਕਰ ਮਾਰੀ ਗਈ। ਭੜਕੇ ਹੋਏ ਲੋਕਾਂ ਨੇ ਇਸ ਦੁਕਾਨਦਾਰ ਦੀ ਛਿੱਤਰ ਪਰੇਡ ਕੀਤੀ। ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਨੇ। ਕਿਸ ਤਰੀਕੇ ਦੇ ਨਾਲ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਬਾਹਰ ਇਹਨਾਂ ਦੁਕਾਨਦਾਰਾਂ ਵੱਲੋਂ ਗੁੰਡਾਗਰਦੀ ਕੀਤੀ ਗਈ, ਗੱਡੀ ਦੇ ਵਿੱਚ ਬੈਠ ਕੇ ਕਈਆਂ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਗਈ। ਗਣੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ, ਜੋ ਜ਼ਖਮੀ ਹੋਏ ਨੇ ਉਹਨਾਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਇਸ ਮਾਮਲੇ ਨੂੰ ਲੈ ਕੇ ਪੁਲਿਸ ਦੇ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਇਹ ਤਸਵੀਰਾਂ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਬਾਹਰ ਦੀਆਂ ਨੇ, ਜਿੱਥੇ ਦੋ ਦੁਕਾਨਦਾਰ ਗਾਹਕ ਨੂੰ ਲੈ ਕੇ ਆਪਸ ਦੇ ਵਿੱਚ ਲੜੇ ਨੇ, ਜਿਸ ਤੋਂ ਬਾਅਦ ਇੱਕ ਦੁਕਾਨਦਾਰ ਦੇ ਵੱਲੋਂ ਆਪਣੀ ਗੱਡੀ ਦੇ ਵਿੱਚ ਬੈਠ ਕੇ ਇੱਥੇ ਗੁੰਡਾਗਰਦੀ ਕੀਤੀ ਗਈ। ਕਿਸ ਤਰੀਕੇ ਦੇ ਨਾਲ ਦੁਕਾਨ ਦੀ ਭੰਨ ਤੋੜ ਕੀਤੀ ਗਈ, ਕਈਆਂ ਨੂੰ ਗੱਡੀ ਭਜਾ ਕੇ ਕੁਚਲਿਆ ਗਿਆ। ਰੋਹ ਦੇ ਵਿੱਚ ਆਏ ਲੋਕਾਂ ਨੇ ਇਸ ਨੂੰ ਫੜ ਲਿਆ। ਪੁਲਿਸ ਦੀ ਮੌਜੂਦਗੀ ਦੇ ਵਿੱਚ ਇਸ ਦੀ ਛਿੱਤਰ ਪਰੇਡ ਕੀਤੀ ਗਈ। ਕਿਸੇ ਗ੍ਰਾਹਕ ਨੂੰ ਲੈ ਕੇ ਇਹਨਾਂ ਦੀ ਮਾਮੂਲੀ ਤਕਰਾਰ ਹੋਈ ਸੀ। ਉਸ ਤੋਂ ਬਾਅਦ ਇੱਕ ਦੁਕਾਨਦਾਰ ਨੇ ਦੂਜੇ ਦੁਕਾਨਦਾਰ ਦੇ ਨਾਲ ਲੜਾਈ ਸ਼ੁਰੂ ਕੀਤੀ, ਗੱਡੀ ਦੇ ਵਿੱਚ ਬੈਠ ਕੇ ਦੁਕਾਨ ਦੀ ਭੰਨ ਤੋੜ ਕੀਤੀ ਔਰ ਤੈਸ਼ ਦੇ ਵਿੱਚ ਆ ਕੇ ਗੱਡੀ ਦੇ ਚੱਕਰ ਕੱਢੇ ਔਰ ਕਈਆਂ ਨੂੰ ਕੁਚਲ ਦਿੱਤਾ। ਪੁਲਿਸ ਨੇ ਜ਼ਖਮੀਆਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ, ਉਹਨਾਂ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਔਰ ਕਈ ਜ਼ਖਮੀ ਹੋਏ ਨੇ। ਦੁੱਖ ਨਿਵਾਰਨ ਸਾਹਿਬ ਦੇ ਬਾਹਰ ਦੀ ਇਹ ਵੀਡੀਓ ਹੈ। ਉੱਥੇ ਦੋ ਦੁਕਾਨਦਾਰਾਂ ਦੀ ਝੜਪ ਹੋਈ, ਲੜਾਈ ਨੇ ਗੰਭੀਰ ਰੂਪ ਲੈ ਲਿਆ। ਗੁੱਸੇ ਦੇ ਵਿੱਚ ਆਏ ਦੁਕਾਨਦਾਰ ਦੇ ਵੱਲੋਂ ਇੱਕ ਕਾਰਨਾਮਾ ਕੀਤਾ ਗਿਆ, ਗੱਡੀ ਭਜਾ ਕੇ ਕਈਆਂ ਨੂੰ ਟੱਕਰ ਮਾਰੀ ਗਈ। ਭੜਕੇ ਹੋਏ ਲੋਕਾਂ ਨੇ ਇਸ ਦੁਕਾਨਦਾਰ ਦੀ ਛਿੱਤਰ ਪਰੇਡ ਕੀਤੀ। ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਨੇ। ਕਿਸ ਤਰੀਕੇ ਦੇ ਨਾਲ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਬਾਹਰ ਇਹਨਾਂ ਦੁਕਾਨਦਾਰਾਂ ਵੱਲੋਂ ਗੁੰਡਾਗਰਦੀ ਕੀਤੀ ਗਈ, ਗੱਡੀ ਦੇ ਵਿੱਚ ਬੈਠ ਕੇ ਕਈਆਂ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਗਈ। ਗਣੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ, ਜੋ ਜ਼ਖਮੀ ਹੋਏ ਨੇ ਉਹਨਾਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਇਸ ਮਾਮਲੇ ਨੂੰ ਲੈ ਕੇ ਪੁਲਿਸ ਦੇ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।